ਦੇ ਕਰੀਬ ਮੁਲਾਜ਼ਮਾਂ ਨੂੰ ਅੱਜ SGPC ਕਮੇਟੀ ਵੱਲੋਂ ਮੁੜ ਬਹਾਲ ਕਰ ਦਿੱਤਾ ਗਿਆ। ਪਿਛਲੇ 13 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਇਹਨਾਂ ਫਾਰਗ ਮੁਲਾਜ਼ਮਾਂ ਵਿੱਚੋਂ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ 'ਤੇ ਕਈ ਵੱਡੇ ਸਵਾਲ ਖੜ੍ਹੇ ਹੋਏ ਅਤੇ ਸਿਆਸਤ ਵੀ ਗਰਮਾ ਗਈ ਸੀ ਅਤੇ SGPC ਦੇ ਪ੍ਰਧਾਨ ਲੌਂਗੋਵਾਲ ਵੱਲੋਂ ਇਹਨਾਂ ਫਾਰਗ ਮੁਲਾਜ਼ਮਾਂ ਨੂੰ ਬਹਾਲ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਵਾਲੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਮੁਲਾਜ਼ਮਾਂ ਦੇ ਮਸਲੇ 'ਤੇ ਇੱਕ ਸਬ ਕਮੇਟੀ ਦੀ ਰਿਪੋਰਟ ਆਈ ਸੀ, ਜਿਸ ਤੋਂ ਬਾਅਦ ਉਸ ਦੇ ਰਿਪੋਰਟ ਵਿੱਚ ਇਹ ਗੱਲ ਗਈ ਕਿ ਇਹਨਾਂ ਨੂੰ ਬਹਾਲ ਕੀਤਾ ਜਾਵੇ ਅਤੇ ਉਸ ਰਿਪੋਰਟ ਦੇ ਆਧਾਰ 'ਤੇ ਇਹਨਾਂ ਨੂੰ ਬਹਾਲ ਕੀਤਾ ਜਾਂਦਾ ਹੈ ਅਤੇ ਇਹ ਸਾਰੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਇਹ ਸਾਰੇ ਆਪਣੇ ਕੋਰਟ ਦੇ ਕੇਸ ਵਾਪਸ ਲੈਣਗੇ ਅਤੇ ਇਹਨਾਂ ਦੀ ਬਹਾਲੀ ਕੀਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਫਾਰਗ ਹੋਏ ਕਰਮੀਆਂ ਨੂੰ ਬਹਾਲ ਕੀਤਾ ਗਿਆ ਅਤੇ ਉਹਨਾਂ ਦੀ ਨੌਕਰੀ ਦੇ ਪੱਤਰ ਉਹਨਾਂ ਨੂੰ ਦੇ ਦਿੱਤੇ ਗਏ ਅਤੇ ਉਹਨਾਂ ਨੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਦਾ ਸੰਘਰਸ਼ ਹੁਣ ਖਤਮ ਹੋ ਗਿਆ ਹੈ ਅਤੇ ਉਹ SGPC ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਮੁਲਾਜ਼ਮਾਂ ਨੂੰ ਪਹਿਲਾਂ ਕੱਢ ਦਿੱਤਾ ਗਿਆ ਸੀ ਔਰ ਉਹਨਾਂ ਦੇ ਲਈ ਇੱਕ ਸਬ ਕਮੇਟੀ ਸੀ ਬਣਾਈ ਸੀ ਔਰ ਕੁਝ ਦੇ ਜਾ ਕੇ ਕੋਰਟਾਂ ਵਿੱਚ ਵੀ ਕੇਸ ਕੀਤੇ ਸੀ ਅਤੇ ਉਹ ਸਬ ਕਮੇਟੀ ਨੇ ਬੜੇ ਵਿਸਥਾਰ ਦੇ ਨਾਲ ਸਾਰੇ ਤੱਥਾਂ ਅਤੇ ਸਾਰੇ ਪਹਿਲੂਆਂ 'ਤੇ ਸੋਚ ਵਿਚਾਰ ਕਰਕੇ ਸਾਰੇ ਮੁਲਾਜ਼ਮਾਂ ਨਾਲ ਇਹਨਾਂ ਨਾਲ ਵੀ ਸੋਚ ਵਿਚਾਰ ਕਰਕੇ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ ਔਰ ਉਹ ਰਿਪੋਰਟ ਜਿਹੜੀ ਹੈ ਅਸੀਂ ਅੰਤਰ ਕਮੇਟੀ ਦੀ ਆਸ 'ਤੇ ਉਹਦੀ ਪ੍ਰਵਾਨਗੀ ਦੀ ਆਸ 'ਤੇ ਜਿਹੜੀ ਹੈ ਉਹ ਪ੍ਰਵਾਨ ਕੀਤੀ ਗਈ ਹੈ। ਅੱਜ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਕੋਈ ਡੇਲੀ ਵੇਚਤੀ ਕੋਈ ਕੰਟੈਕਟ ਦਿੱਤੀ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਹਨਾਂ ਨੂੰ ਇਹ ਵੀ ਹਦਾਇਤ ਹੈ ਕਿ ਜਿਨ੍ਹਾਂ ਨੇ ਵੀ ਔਰ ਕੇਸ ਕੀਤੇ ਉਹਨਾਂ ਉਹ ਕੇਸ ਵਾਪਸ ਕਰਨਗੇ। ਉਹ ਵਿਸਤਾਰ ਤੁਹਾਨੂੰ ਦੱਸ ਦਾਂਗੇ। ਹਾਂਜੀ, ਅੱਜ ਦੇ ਬਾਰੇ ਦੱਸ ਦਿਓ ਜਿਹੜੇ ਬਹਾਲ ਹੋਏ ਸਾਰੇ ਬੰਦੇ ਦਾ। ਸੋ ਭੁੱਖ ਹੜਤਾਲ ਦੇ ਬਹਿਣ ਦਾ ਕਾਰਨ ਸਾਨੂੰ ਪੱਤਰਕਾਰ ਆਪਣੇ ਮੀਡੀਆ ਭਾਈ ਸਾਹਿਬ ਵਿਚਾਰੇ ਨੂੰ ਹੀ ਇਹ 13 ਦਿਨਾਂ ਤੋਂ ਆਪਣਾ ਕਰਦੇ ਆ ਰਹੇ, ਅਪੀਲ ਕਰਦੇ ਆ ਰਹੇ ਹਾਂ। ਸੋ ਅੱਜ ਉਹ ਸਾਡੀ ਜਿਹੜੀ ਆ ਬੇਨਤੀ ਪ੍ਰਵਾਨ ਕਰ ਲਈ ਗਈ ਆ ਔਰ ਪ੍ਰਧਾਨ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ 'ਤੇ ਬਹੁਤ ਵੱਡਾ ਉਪਕਾਰ ਕੀਤਾ ਔਰ ਸਾਡੇ ਇੱਕ ਬੱਚੇ ਨੇ ਚੁੱਪ ਕਰ ਜਾ ਯਾਰ, ਕੋਈ ਇਹੋ ਜਿਹੀ ਘਟਨਾ ਵੀ ਵਾਪਰ ਗਈ ਸੀ ਔਰ ਅੱਜ ਉਹ ਬੱਚੇ ਦੀ ਜਿਹੜੀ ਸਿਹਤ ਆ ਉਹਦੇ 'ਚ ਵੀ ਕਾਫੀ ਸੁਧਾਰ ਆ ਔਰ ਇਹਨਾਂ ਨੂੰ ਮੁੜ ਡਿਊਟੀ 'ਤੇ ਬਹਾਲ ਕਰ ਲਿਆ ਗਿਆ ਔਰ ਜਿਹੜੇ ਬੰਦਿਆਂ ਨੇ ਜਾਂ ਜਿਹੜੇ ਮੁਲਾਜ਼ਮਾਂ ਨੇ ਕੇਸ ਲੱਗੇ ਆ ਉਹਨਾਂ ਦੇ ਕੇਸ ਵਾਪਸ ਲਿਆ ਕੇ ਉਹ ਆਪਣੀ ਡਿਊਟੀ 'ਤੇ ਹਾਜ਼ਰ ਹੋਣਗੇ ਔਰ ਜਿਨ੍ਹਾਂ ਦੇ ਕੇਸ ਨਹੀਂ ਲੱਗੇ ਉਹ ਤੁਰੰਤ ਡਿਊਟੀਆਂ 'ਤੇ ਹਾਜ਼ਰ ਹੋਣਗੇ। ਅਤੇ ਸੋ ਅਸੀਂ ਇਹ ਸਾਰੀ ਮੈਨੇਜਮੈਂਟ ਦਾ ਸਾਰੇ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰ ਮੂਲ ਜੀ। ਕਿੰਨੇ ਬੰਦੇ ਟੋਟਲ ਕਿੰਨੇ ਮੁਲਾਜ਼ਮ ਸੀ ਤੁਹਾਡੇ 'ਤੇ ਸਾਰੇ ਬਹਾਲ ਹੋ ਗਏ ਨੇ? ਟੋਟਲ ਮੁਲਾਜ਼ਮ ਜੀ ਸਾਡੇ ਜਿਹੜੇ ਸਾਡੇ ਕੰਟਰੈਕਟ ਦੇ ਵਿੱਚ ਸੀ ਉਹ ਕਰੀਬ 140 ਦੇ ਕਰੀਬ ਸੀ ਔਰ ਜਿਹੜੇ ਕੱਢੇ ਗਏ ਮੁਲਾਜ਼ਮ ਆ ਉਹ 523 ਦੇ ਕਰੀਬ ਸੀ ਔਰ ਤੁਹਾਡੇ ਸਾਹਮਣੇ ਹੁਣ ਆਵਾਜ਼ ਵੱਜੀ ਜਾਣ ਡੀ ਆ ਔਰ ਪ੍ਰਧਾਨ ਸਾਹਿਬ ਨੇ ਇਹ ਕਲੀਅਰ ਨਹੀਂ ਕੀਤਾ, ਮੇਰੇ ਹਿਸਾਬ ਨਾਲ ਸਾਰੇ ਬਹਾਲ ਕਰ ਦਿੱਤੇ ਗਏ ਆ ਔਰ ਅੱਜ ਨਿਯੁਕਤੀ ਪੱਤਰ ਉਹਨਾਂ ਨੂੰ ਮਿਲਣਗੇ ਜਿਹੜੇ ਧਰਨੇ 'ਚ ਸ਼ਾਮਿਲ ਸੀ ਜਾਂ ਅੱਜ ਹਾਜ਼ਰ। ਠੀਕ ਹੈ, ਮਿਹਰਬਾਨੀ। ਕੀ ਕਹਿਣਾ ਚਾਹੁੰਦੇ, ਤੁਹਾਨੂੰ ਜੋਬ ਮਿਲ ਗਈ? ਕਿੰਨੇ ਦਿਨ ਸੰਘਰਸ਼ ਕਰਨਾ ਪਿਆ ਤੁਹਾਨੂੰ? ਸਾਰੇ ਮੁਲਾਜ਼ਮ 14 ਦਿਨ ਬੈਠੇ ਨੇ।
ਜਿਵੇਂ ਵੀ ਸਾਨੂੰ ਕਾਮਯਾਬੀ ਮਿਲੀ ਹੈ, ਪਰਮਾਤਮਾ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਦਿਲ 'ਚ ਰਹਿਮ ਪਾਇਆ ਕਿ ਸਾਨੂੰ ਮਿਲੀ ਹੈ, ਫਿਰ ਵੀ ਦਿਲੋਂ ਧੰਨਵਾਦ ਕਰਦੇ ਕਿ ਸਾਨੂੰ ਬਹੁਤ ਕੁਛ ਪਾਕਿਸਤਾਨ ਧਾਮਾਂ ਦੀ ਯਾਤਰਾ ਦਾ ਔਰ ਹਰ ਸਾਲ ਹੀ ਜਾਂਦਾ ਪਹਿਲੇ ਡੇਟ ਚੇਂਜ ਹੋਈ ਨਾ ਹੁਣ 11 ਨੂੰ ਤੌਰ 'ਤੇ ਕੋਈ ਹਿੱਸੂ ਹੀ ਉਹਦੇ ਬਾਰੇ ਤਾਂ ਮੈਨੂੰ ਬਹੁਤ ਵਧੀਆ ਪਤਾ ਅਤੇ ਕਿੰਨੇ ਜਿੱਥੇ ਜਾ ਰਹੇ ਜੀ 800 ਅਤੇ ਮੇਰੇ ਖਿਆਲ ਆ 39 ਜਿਹੜੇ ਹੈ ਉਹ ਕੁਛ ਵਿੱਚੋਂ ਮੈਂ ਰਿਜੈਕਟ ਵੀ ਹੋਏ ਆ